ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਅੱਜ ਤੁਹਾਡੇ ਲਈ ਇੱਕ ਫਿਰ ਨਿਊ ਗੇਮ ਲਿਆਂਦੀ ਹੈ। ਤੁਸੀਂ ਸੋਚਦੇ ਹੋਣੇ ਆ ਮੁੰਡਾ ਕਿ ਰੋਜ਼ ਹੀ ਨਵੀਆਂ ਗੇਮਾਂ ਲਿਆਂਦਾ, ਬਾਈ ਯਾਰ ਨਵੀਆਂ ਗੇਮਾਂ ਨਾ ਫਲੇਵਰ ਪੈਂਦਾ ਥੋੜ੍ਹਾ ਜਿਹਾ ਅਲੱਗ ਅਤੇ ਮਜ਼ਾ ਆਉਂਦਾ ਜ਼ਿਆਦਾ। ਇਹ ਤੁਸੀਂ ਵੀ ਮੰਨਦੇ ਹੋਗੇ ਗੱਲ, ਜਿੱਦਾਂ ਕਿ ਤੁਹਾਨੂੰ ਕਈ ਗੇਮ ਕਿਸੇ ਨੂੰ ਪਸੰਦ ਆਉਂਦੀ, ਕਈ ਗੇਮ ਕਿਸੇ ਨੂੰ ਨਹੀਂ ਪਸੰਦ ਆਉਂਦੀ, ਅਤੇ ਇੱਦਾਂ ਹੀ ਚੱਲਦਾ। ਇਸ ਕਰਕੇ ਆਪਾਂ ਤੁਹਾਡੇ ਲਈ ਇੱਕ ਨਿਊ ਨਿਊ ਕੰਟੈਂਟ ਲਿਆਉਂਦੇ ਰਹਿੰਦੇ ਹਾਂ। GTA 5 'ਚ ਜਿੱਦਾਂ ਆਪਾਂ ਇਕੱਲੇ ਡੈਥ ਮੈਚ ਖੇਡਦੇ ਸੀ ਯਾਰ, ਉਹ ਤੁਸੀਂ ਸੋਚਦੇ ਹੋਣੇ ਯਾਰ ਹਮੇਸ਼ਾ ਡੈਥ ਮੈਚ ਚਲਾਈ ਰੱਖਦੇ, ਫਿਰ ਆਪਾਂ ਡੈਥ ਮੈਚ ਕੱਟ ਕੀਤੇ, ਬਾਕੀ ਮਿਸ਼ਨ ਕਰਾਉਣੇ ਸਟਾਰਟ ਕੀਤੇ, ਨਿਊ ਗੇਮਸ ਲੈਣੇ ਤੁਹਾਡੇ ਲਈ। ਅਤੇ ਇਹ ਵੀ ਗੇਮ ਬਾਰੇ ਮੈਂ ਸੁਣੇ ਹੈ, ਬੜੇ ਜਾਣੇ ਖੇਡਦੇ ਹੁੰਦੇ ਸੀ ਮੇਰੇ ਫਰੈਂਡਸ, ਪਰ ਮੈਂ ਕਦੀ ਅੱਜ ਤੱਕ ਟ੍ਰੇਲਰ ਵੀ ਨਹੀਂ ਦੇਖਿਆ ਗੇਮ ਦਾ, ਪਰ ਮੈਂ ਇੰਸਟਾਲ ਕੀਤੀ ਹੈ ਅਤੇ ਦੇਖਦੇ ਹਾਂ ਕੀ ਅੱਗੇ ਵੇ ਵਾਲੀ ਗੇਮ 'ਚ ਇੱਦਾਂ ਦਾ, ਜਿਹੜੇ ਦੋਸਤ ਮੇਰੇ ਖੇਡਦੇ ਹੁੰਦੇ ਕਹਿੰਦੇ ਬਹੁਤ ਵਧੀਆ। ਉੱਤੋਂ ਇਹ ਮੈਂ ਗੇਮ ਖਰੀਦੀ ਨਹੀਂ, ਇਹਦੀ ਡੈਮੋ ਹੈ, ਇਕੱਲੀ ਡੈਮੋ ਡਾਊਨਲੋਡ ਕੀਤੀ ਹੈ, ਉੱਦਾਂ ਹੀ ਦੇਖਣ ਲਈ ਮੈਂ ਵੀ ਤੁਹਾਡੇ ਵਰਗਾ ਹੀ ਹਾਂ, ਟਰਾਈ ਕਰਨੀ ਬਸ। ਅਤੇ ਇੱਕ ਹੋਰ ਗੱਲ ਕਹਿਣਾ ਚਾਹਾਂਗਾ ਮੈਂ, ਜਿਹੜਾ ਵੀ ਮੇਰੇ ਨਾਲ ਗੱਲ ਕਰਨਾ ਚਾਹੇ, ਬਾਈ ਯਾਰ ਨੰਬਰ ਮੈਂ ਡਿਸਕ੍ਰਿਪਸ਼ਨ 'ਚ ਪਾਤਾ ਆਪਣਾ ਵਟਸਐਪ ਦਾ, ਅਤੇ ਉਹ ਗੱਲ ਕਰ ਸਕਦਾ। ਅਤੇ ਮੈਂ ਬਹੁਤ ਸੋਚਿਆ ਅਤੇ ਫਿਰ ਚਲੋ ਮੈਂ ਕਿਹਾ ਠੀਕ ਯਾਰ ਕਰ ਲਓ ਗੱਲ, ਜਿਹੜਾ ਵੀ ਕਰਨਾ ਚਾਹੁੰਦਾ ਇੱਦਾਂ ਦੇ, ਹੁਣ ਕੋਈ ਗੱਲ ਨਹੀਂ। ਅਤੇ ਇਹ ਵੇ ਕਹਿੰਦੇ ਸਕਰੀਨ ਸੈੱਟ ਕਰੋ, ਸਕਰੀਨ ਆਪਾਂ ਸੈੱਟ ਕਰ ਲੈਂਦੇ ਪਹਿਲਾਂ, ਹਜੇ ਤੱਕ ਮੈਂ ਚਲਾਈ ਇਹ, ਪਹਿਲਾਂ ਖੇਡ ਕੇ ਵੀ ਦੇਖੀ ਇਹ ਕੀ ਹੈ। ਅੱਛਾ ਐਡਜਸਟ ਦਾ ਬ੍ਰਾਈਟਨੈਸ, ਕਹਿੰਦੇ ਡਿਸਪਲੇ ਵੈਨ ਜਾਂ ਸਿੰਬਲ ਲੈਫਟ ਇਜ ਬੇਅਰਲੀ ਵਿਜੀਬਲ, ਆਪਾਂ ਇੱਥੇ ਰੱਖਦੇ ਹਾਂ, ਫੁੱਲ ਰੱਖਦੇ ਹਾਂ। ਲੈਂਗੁਏਜ ਇਜ਼ ਡਿਫੋਲਟ ਓਕੇ, ਅਤੇ ਪ੍ਰੈਫਰ ਆ ਫਰੈਂਡ ਡਿਸਮਿਸ ਬਾਅਦ 'ਚ ਕਰਾਂਗੇ ਪ੍ਰੈਫਰ, ਪਹਿਲਾਂ ਆਪਾਂ ਨੇ ਖੇਡ ਕੇ ਦੇਖ ਲਈਏ ਕਿੱਦਾਂ ਦੀ ਹੈ। ਅਤੇ ਲੋਡਿੰਗ ਹੋ ਰਹੀ ਗੇਮ, ਆਏ ਹਾਏ 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 ਕਿੰਨਾ ਉੱਤੇ ਹੋਇਆ ਆਪਣਾ ਕਰੈਕਟਰ। ਟਾਈਟਨ ਚੂਜ਼ ਯੋਰ ਕਲਾਸ, ਟਾਈਟਨ ਹੰਟਰ ਵਾਰਲੋਕ, ਇਹਦਾ ਕੀ ਹੈ, ਵੋਇਡ ਵੋਕਰ, ਸਨ ਸਿੰਗਰ, ਸਟਰੋਮ ਕੋਲਰ, ਗਨਸ ਲਿੰਗਰ, ਬਲੇਡ ਡਾਂਸਰ, ਨਾਈਟ ਸਟ੍ਰੋਕਰ, ਨਾਮ ਕਿੱਦਾਂ ਦੇ ਜਿੱਦਾਂ ਡਾਂਸਰ ਆਉਂਦੇ ਹੁੰਦੇ ਨੇ। ਆਪਾਂ ਫਿਰ ਜੀ ਕਿਹੜੇ ਲਈਏ, ਟਾਈਟਨ ਜਾਂ ਫਿਰ ਕਿਹੜਾ, ਦੇਖਣ ਨੂੰ ਕਿਹੜਾ ਵਧੀਆ, ਇਹੀ ਵਧੀਆ ਲੱਗਦਾ ਮੈਨੂੰ ਤਾਂ, ਦੇਖਣ ਤਾਂ ਇਹੀ ਲੈਂਦੇ ਆਪਾਂ। ਰੇਸ ਆਪਾਂ ਮੇਲ ਰੱਖਦੇ ਹਾਂ, ਹਿਊਮਨ ਅਵੋਕਣ ਹੈਗੀ ਉਹਤੇ ਦੀਦੀ, ਇਹ ਕੀ ਹੋਏ। ਅੱਛਾ ਠੀਕ ਹੈ ਠੀਕ ਹੈ ਠੀਕ ਹੈ, ਕਿੰਨੇ ਤਰ੍ਹਾਂ ਦੇ ਮੇਲ ਨੇ, ਆਪਾਂ ਇਹ ਰੱਖਦੇ ਹਾਂ, ਰੋਬੋਟ ਨੂੰ ਪਸੰਦ ਆ। ਓ ਫੇਸ ਵੀ ਚੂਜ਼ ਕਰਤਾ ਹੈ, ਕਰ ਸਕਤਾ ਹੈ ਹਮ, ਹਮ ਐਸਾ ਰੱਖਤੇ ਹੈ। ਸਕਿਨ ਕਲਰ, ਵਾਹ 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 ਵਾਹ, ਹਿਊਮਨ ਜੈਸੇ ਰੱਖਤੇ ਹੈ। ਮਾਊਥ ਕਲਰ ਨਹੀਂ, ਐਸਾ ਰੱਖਤੇ ਹੈ। ਆਈ ਕਲਰ, ਓ ਹੋ ਹੋ ਮੈਨੂੰ ਤਾਂ ਨੀਲੀਆਂ ਪਸੰਦ ਹੈ ਬਾਈ, ਇਹ ਹੁਣ ਮੇਰੇ ਆ ਫੇਸ 'ਤੇ ਨਾ ਜਾਇਓ, ਜਿੱਦਾਂ ਦਾ ਮੈਂ ਬਣਾ ਰਿਹਾ, ਮੈਨੂੰ ਜਿੱਦਾਂ ਦਾ ਹੁਣ ਲੱਗ ਰਿਹਾ ਮੈਂ ਉੱਦਾਂ ਦੇ ਬਣਾਈ ਜਾਣਾ। ਇਹ ਕਹਿੰਦੇ ਖੋਪੜੀ ਖੁੱਲੀ ਹੋਣੀ ਚਾਹੀਦੀ, ਜਾਂ ਫਿਰ ਕੰਨ ਥੋੜ੍ਹੇ ਹੋਰ ਵੱਡੇ ਹੋਣੇ ਚਾਹੀਦੇ ਕੁੱਤੇ ਵਰਗੇ, ਜਾਂ ਫਿਰ ਕੀ ਲਾਉਣਾ ਚਾਹੁੰਦੇ ਹੋ ਤੁਸੀਂ, ਹੈੱਡ ਫੀਚਰਸ ਇਹ ਕਿੱਦਾਂ। ਚਲੋ ਇਹ ਲਾ ਦਿੰਦੇ ਆਪਾਂ, ਅਤੇ ਇਹਨਾਂ ਦਾ ਰੰਗ ਰੱਖਦੇ ਹਾਂ ਆਪਾਂ, ਇਹਨਾਂ ਦਾ ਵੀ ਇਹ ਰੰਗ ਰੱਖਦੇ ਹਾਂ। ਮਾਰਕਿੰਗ, ਮਾਰਕਿੰਗ ਕੈਸੀ ਚਾਹੀਏ, ਓ ਹੋ 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 ਕਿਆ ਬਾਤ ਹੈ, ਇੰਨਾ ਕੁਛ। ਚਲੋ ਅਸੀਂ ਇਹ ਲਾ ਦਿੰਦੇ ਹਾਂ ਇੱਥੇ, ਕਰ ਦਿੰਦੇ ਫਿਨਿਸ਼, ਅਤੇ ਇਹ ਵੀ ਆਪਣਾ ਕਰੈਕਟਰ ਬਣ ਗਿਆ, ਪਤਾ ਨਹੀਂ ਬਕਵਾਸ ਜਿਹਾ ਬਣਿਆ ਸ਼ਾਇਦ। ਜੇ ਤੁਹਾਨੂੰ ਪਸੰਦ ਆਏ ਤਾਂ ਇਹਦੇ ਬਾਰੇ ਵੀ ਕਮੈਂਟ ਕਰਿਓ ਜ਼ਰੂਰ। ਅਤੇ ਹੁਣ ਇਹ ਤੁਹਾਨੂੰ ਟ੍ਰੇਲਰ ਦਿਖਾਉਣਗੇ ਸਟੋਰੀ ਦਾ, ਕਿੱਦਾਂ ਹੋਇਆ ਕੀ ਹੋਇਆ, ਤੁਸੀਂ ਕਰਨਾ ਕੀ ਹੈ ਅਤੇ ਕੀ ਸਟੋਰੀ ਲਾਈਨ ਹੈ। ਅਤੇ ਦਿਖਾ ਰਹੇ ਨੇ ਸਪੇਸ 'ਚ ਆਪਾਂ, ਸਪੇਸਸ਼ਿਪ ਜਾ ਰਹੀ ਪਤਾ ਨਹੀਂ ਕਿਹੜੇ ਪਲੈਨਟ 'ਤੇ, ਤਜਾਰੀ ਐਂਟਰ ਹੋ ਰਹੀ ਹੈ ਐਟਮੋਸਫੇਅਰ 'ਚ। ਅਤੇ ਲਓ ਬਾਈ ਢੱਕਣ ਲਾ ਤਾ ਸਪੇਸਸ਼ਿਪ ਦਾ, ਅਤੇ ਲੈਂਡ ਹੋਣ ਦੀ ਤਿਆਰੀ ਕਰ ਰਹੀ ਹੈ, ਜਿੱਦਾਂ ਕਿ ਹਰ ਇੱਕ ਏਲੀਅਨ ਦੀ ਗੇਮ ਫਿਲਮ 'ਚ ਹੁੰਦਾ। ਹੁਣ ਬੰਦਾ ਉਤਰੇਗਾ, ਉਹ ਜ਼ਿਆਦਾ ਬੰਦੇ ਨੇ, ਇਹ ਪਲੈਨਟ ਮੈਨੂੰ ਲੱਗਦਾ ਮਾਰਸ ਹੈ। ਹਾਂ ਦਾ ਪਲੈਨਟ ਮਾਰਸ, ਪ੍ਰੈਜੈਂਟ ਡੇ, ਦੇਖਿਆ ਬਾਈ ਹਮ ਕਈ ਵਾਰ ਰਾਈਟ ਵੀ ਹੋਤੇ ਹੈ, ਚਾਈਨੀਜ਼ ਚੂਈਨੀਜ਼ 'ਚ ਦਿਖਾ ਰਹੇ ਦੂਜੀਆਂ ਭਾਸ਼ਾ 'ਚ, ਬਾਈ ਸਾਨੂੰ ਇੰਗਲਿਸ਼ ਆਉਂਦੀ ਹੈ। ਓ ਹੋ ਹੋ ਦੇਖਣ ਨੂੰ ਤਾਂ ਵਧੀਆ ਲੱਗ ਰਹੀ ਗੇਮ ਹੈ, ਜਿੱਦਾਂ ਇਹਨਾਂ ਨੇ ਦਿਖਾਉਂਦੇ ਪਏ ਆ ਟ੍ਰੇਲਰ 'ਤੇ, ਐਟਮੋਸਫੇਅਰ ਜਿੱਦਾਂ ਦਾ ਬਣੇ ਆ ਸੂਟ ਸਾਟ। ਚਲੋ ਵੀ ਦੇਖਤੇ ਹੈਂ ਆਗੇ, ਗੇਮ ਹਮੇ ਵੀਡੀਓ ਜੈਸੇ ਗ੍ਰਾਫਿਕ ਹੀ ਦਿਖਾਤੀ ਹੈ ਜਾਂ ਫਿਰ ਕੁਛ ਹੋਰ, ਇਹ ਸ਼ਾਇਦ ਟਾਈਮ ਗੁਜ਼ਰ ਰਿਹਾ ਇੱਦਾਂ ਇੱਦਾਂ।
ਜਿੱਦਾਂ ਇਹ ਚੇਂਜ ਹੋਈ ਜਾਂਦੇ ਨੇ ਫੈਕਟ ਜਾਂ ਫਿਰ ਫੈਕਟ ਹੀ ਨੇ। ਉਹ ਦੇਖੋ ਜੀ ਕਿੱਥੇ ਚੜ ਰਹੇ ਨੇ, ਉਹ ਗਿਆ, ਉਹ ਨਹੀਂ ਨਹੀਂ ਬਚ ਗਿਆ। ਤੇਰੀ ਦੀ ਟ੍ਰੇਲਰ ਤੇ ਪਾ ਦੇ ਕਹਿਣ ਵਾਲੀ ਗੱਲ ਸਿਰਾ ਹੈ। ਓਹੋ ਇਹ ਕੀ, ਵਾਟ ਇਜ਼ ਦਿਸ ਮੈਨ, ਮੈਨੂੰ ਲੱਗਦਾ ਇਹੀ ਲੱਭ ਰਹੇ ਸੀ ਆ ਜਾਂ ਫਿਰ ਇਹਨਾਂ ਨੂੰ ਲੱਭਿਆ। ਡੈਸਟੀਨੀ ਤੁਹਾਡੀ ਮੰਜ਼ਿਲ, ਓਕੇ called it the traveler traveler okay and its arrival changed us forever ਇਹਦਾ ਆਣਾ ਸਾਨੂੰ ਸਾਡਾ ਹਮੇਸ਼ਾ ਚੇਂਜ ਕਰਦਾ ਹੈ। mercury became a garden world ਉਹ ਤੇਰੀ human lifespan tripled ਉਹ ਤੇਰੀ human lifespan tripled miracle ਦਾ ਟਾਈਮ ਹੋ ਗਿਆ। we stared out at the galaxy and knew that it was our destiny to walk in the light of other stars but the traveler had an enemy apa dujiyan galaxyan jana start karta par ada ek enemy si ga e darkness oh jadu ada changa time aaya arth te ki apa kinni technology agge vadh gaye te darkness aa gayi sade kol sanu lab le ne te e ek shuruaat vi si ਕਿਸ ਚੀਜ਼ ਦੀ। ਓਕੇ ਹੁਣ ਪਤਾ ਲੱਗ ਗਿਆ ਕਿ ਇਹ ਜਿਹੜਾ ਐਨੀਮੀ ਸੀ ਆਪਾਂ ਇਹਨੂੰ ਮਾਰਾਂਗੇ ਸ਼ਾਇਦ ਨਾ, ਇਹਨਾਂ ਫਾਈਟ ਕਰਨੀ ਆਪਾਂ ਆਪਣਾ, ਜਿੱਦਾਂ ਕਿ ਹਰ ਇੱਕ ਗੇਮ ਮੂਵੀ ਦੀ ਥੀਮ ਹੁੰਦੀ ਹੈ ਆਪਣੀ ਦੁਨੀਆ ਬਚਾਓ, ਲੜੋ ਇਨਸੇ, ਹਮਾਰੇ ਪਾਸ ਮੌਕਾ ਹੈ, ਦੁਸ਼ਮਣ ਜਿਤਨਾ ਵੀ ਤਕੜਾ ਕਿਉਂ ਨਾ ਹੋ ਹਮ ਹਰਾ ਸਕਤੇ ਹੈ, ਇਨਸਾਨ ਬਹੁਤ ਤਾਕਤਵਰ ਹੈ, ਇਨਸਾਨ ਕਾ ਦਿਮਾਗ ਬਹੁਤ ਹੈ। ਹਾਂਜੀ ਓਲਡ ਰਸ਼ੀਆ ਅਰਥ ਕੋਸਮੋਡਰੋਮ ਓਕੇ ਇੰਟਰੋ ਜੀ ਇਹਨਾਂ ਦਾ ਬਹੁਤ ਵੱਡਾ ਜਿੱਦਾਂ ਕਰ ਕੁਰ ਰਹੇ ਨੇ ਮੇਰੇ ਖਿਆਲ ਨਾਲ, ਪਰ ਵਧੀਆ ਵੀ ਹੈ ਇੱਦਾਂ ਮਜ਼ਾ ਆ ਰਿਹਾ ਦੇਖਣ 'ਤੇ। ਇਹ ਓਲਡ ਰਸ਼ੀਆ ਮਤਲਬ ਕਿ ਪਹਿਲਾਂ ਵਾਲੀ ਅਰਥ ਰਸ਼ੀਆ, ਵੈਸੇ ਮੈਂ ਇੰਨਾ ਦੇਖਿਆ ਦੁਖਿਆ ਨਹੀਂ ਕਿੱਦਾਂ ਦਾ ਹੁੰਦਾ, ਆਈ ਡੋਂਟ ਨੋ, ਕਹਿੰਦੇ ਉੱਥੇ ਬਰਫ ਬੜੀ ਪੈਂਦੀ, ਬਸ ਇਹ ਸੁਣਿਆ ਮੈਂ, ਬਹੁਤ ਘੱਟ ਟੈਂਪਰੇਚਰ ਹੁੰਦਾ ਉੱਥੇ। ਇਹ ਕੀ ਹੁਣ ਕਿੰਨਾ ਛੋਟਾ ਰੋਬੋਟ, ਰੋਬੋਟ ਨਹੀਂ ਇਹਨੂੰ ਡਰੋਨ ਕਹਿ ਸਕਦੇ ਹਾਂ। ਹਾਂ ਮੈਨੂੰ ਰੋਬੋਟਸ ਵਾਲੀਆਂ ਮੂਵੀਜ਼ ਅਤੇ ਐਕਸ਼ਨ ਵਾਲੀਆਂ ਬਹੁਤ ਹੀ ਪਸੰਦ ਨੇ, ਅਤੇ ਜੇ ਸਟੋਰੀ ਉਹਦੀ ਬੜੀ ਵਧੀਆ ਹੋਏ ਕਿ ਜਿੱਦਾਂ ਸਪੇਸ ਵਾਲੀ ਹੋਏ ਕੋਈ, ਫਿਰ ਤਾਂ ਜ਼ਿਆਦਾ ਪਸੰਦ ਹੈ। ਉਹ ਬੰਦਾ ਮਰਿਆ ਕਿੱਦਾਂ ਹੱਡੀਆਂ ਉਹਦੀਆਂ ਦੇਖ ਕੇ ਕਹਿੰਦਾ ਆਊਚ। ਅੱਛਾ ਇਹ ਕੈਮਰਾ ਫਿਰ ਨਹੀਂ, ਇਹਨੂੰ ਦੇਖ ਰਿਹਾ ਉਹ ਕਿੱਦਾਂ ਦੇ ਆ ਕਿੱਦਾਂ ਦੇ ਨੇ ਬਾਈ। ਮੇਰੇ ਖਿਆਲ ਨਾਲ ਇਹਨਾਂ ਨੂੰ ਕੁੱਟਣਾ ਹੁਣ ਆਪਾਂ ਇਸ ਵਾਰੀ, ਤਾਂ ਕੁੱਤਿਆਂ ਵਾਂਗੂ ਦਹਾੜਦਾ ਆਪਣਾ ਬੰਦਾ ਕਿੱਥੇ ਬਾਈ। ਗ੍ਰਾਫਿਕ ਤੇ ਬਾਈ ਯਾਰ ਗ੍ਰਾਫਿਕ ਠੀਕ ਠਾਕ ਹੀ ਨਾ, ਜਿੱਦਾਂ ਦੇ ਉਹ ਲਈ ਪਹਿਲੀ ਵੀਡੀਓ 'ਚ ਦਿਖਾਈ ਉੱਦਾਂ ਦੇ ਤੇ ਹੈ ਨਹੀਂ ਲੱਗਦੇ। ਇਹ ਕੀ ਕਰ ਰਿਹਾ ਹੈ, ਚੱਲ ਵੀ ਚੱਲ ਗਾਰਡੀਅਨ ਗਾਰਡੀਅਨ ਆਈਜ਼ ਅਪ ਗਾਰਡੀਅਨ, ਥੱਲੇ ਸਬ ਟਾਈਟਲ ਯਾਰ ਪੀਲੇ ਰੰਗ 'ਚ ਕਰ ਤੂੰ। ਮੈਂ ਜਿੰਦਾ, ਓ ਮੈਨੂੰ ਲੱਭ ਰਹੀ ਓਕੇ, ਓ ਗੋਸਟ ਤੁਹਾਡਾ। Well, you've been dead a long time. So you're going to see a lot of things you won't understand. ਹਾਂ ਉਦਾਂ ਵੀ ਕੁਝ ਸਮਝ ਆ ਰਿਹਾ, ਬਸ ਡਾਰਕਨੈਸ ਦਾ ਪਤਾ, ਸ਼ਹਿਰ ਵਿੱਚ ਜਾਣਾ ਆਪਾਂ। Don't worry, I'm still with you. You need to move fast. ਤੁਰਾਂ ਕਿੱਦਾਂ ਲੈ, ਫਿਰ ਲੋਡਿੰਗ, ਫਸਟ ਪਰਸਨ ਹੈ ਗੇਮ ਫਿਰ ਹੈ। ਓਕੇ ਵੀ ਵੋਂਟ ਸਰਵਾਈਵ ਲੌਂਗ ਆਊਟ ਇਨ ਦੀ ਓਪਨ ਲਾਈਕ ਦਿਸ, ਆ ਫਸਟ ਪਰਸਨ ਵੋਲ ਦੇ ਵਿੱਚ ਵੜੀ ਹੈ। ਸਹੀ ਲੱਗ ਰਹੀ ਗ੍ਰਾਫਿਕਸ, ਮੈਪ ਬਕਵਾਸ ਜਿਹੜਾ ਉੱਤੇ ਦੇਖ ਰਹੇ ਹੋ, ਮੈਪ ਨਿੱਕਾ ਜਿਹਾ
L3 to sprint. I didn't bring you back just for you to die again. We have to move. Okay, I need to find you a weapon before the fallen find us. Okay, ji hun apan hathiyar labna oh jidhar vi ja rahe ha. They're right above us. Haan sade utte ne oh. Oye, ye kya siga? Hang tight. Fallen thrive in the dark. We won't. We need more light. I'll see what I can do. Okay. Another one of these hardened military systems. And a few centuries of entropy working. Ye kehdiyan cheezan? Ki ho reha bhai? They're coming for us. Oh shit, tadde li aa rahe ho. ਕਿੱਥੇ ਉਹ ਮਿਲ ਗਈ ਸ਼ੁਕਰ ਆਏ ਹਾਏ 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 ਨਹੀਂ ਬਾਈ ਮੈਨੂੰ ਨਹੀਂ ਪਤਾ ਓਏ ਦੇਖਿਆ ਵਾਚ ਯੂਰ ਟ੍ਰੈਕਰ ਓਕੇ ਉਹ ਤੇਰੀ ਮਾਰਦਾ ਲੱਗਾ ਸੀ ਗੋਲੀਆਂ ਲੈ ਲਈਏ ਓ ਇਹ ਤੇਜ਼ ਸੀਗਾ ਬਾਈ ਮੁੱਕਾ ਕਿੰਨਾ ਤੁਹਾਰੇ ਇੱਦਾਂ ਮਾਰਦਾ ਮੁੱਕਾ ਅਤੇ ਬਾਈ ਜੀ ਸ਼ੂਟਿੰਗ ਤੇ ਨਾਈਸ ਹੈ ਆਪਾਂ ਇੱਦਾਂ ਵੀ ਕਰ ਸਕਦੇ ਹਾਂ ਇੱਧਰ ਜਾਣਾ ਆਪਾਂ ਤੇ ਕੰਟਰੋਲਸ ਤੇ ਪਤਾ ਲੱਗ ਗਿਆ ਜ਼ਿਆਦਾਤਰ ਮੁੱਕੇ ਮੱਕੇ ਵਾਲੇ ਐਲ ਵਨ ਕੀ ਹੁੰਦਾ ਪਤਾ ਨਹੀਂ ਇਹ ਕੀ ਹਾਂ ਲੁਟੇਰੀ ਟਿਸ਼ਕੈ ਉਹ ਜੰਪ ਕਿੰਨਾ ਤਕੜਾ ਮਾਰਦਾ ਸਪਾਉਨ ਨਹੀਂ ਟੱਚ ਕਰਦੇ ਬਸ हम जाएंगे ही इधर से भाई हो रहा है भाई आ जा भाई अरे नहीं चलती बढ़िया तरह गन कैसा है ओए अपनी शैडो ने डर गई मैं ਗਰਨੇਡ ਨਹੀਂ ਹੈ ਗਾਡੇ ਕੋ ਉਹ ਆ ਜੋ ਕਮਾਨ ਬਰਾ ਕਮਾ ਆ ਦੇ ਆ ਮਰਿਆ ਇਹ ਆ ਦੇ ਤੂੰ ਮਰਿਆ ਹੈਡਸ਼ੋਟ ਲਾਏ ਗੋਲੀਆਂ ਰੀਲੋਡ ਕਰ ਲਈਆਂ ਖੁੱਲ੍ਹੇ ਇਲਾਕੇ ਜਾ ਰਹੇ ਹਾਂ ਖੁੱਲ੍ਹਾ ਇਲਾਕਾ ਨਹੀਂ ਵਧੀਆ ਹੁੰਦਾ ਬਾਏ सॉरी भाई हमारे कमरे में कोई आ गया था हमें बाज बंद करनी पाई मेरा डैडी आया सुबह है The fallen have a tighter hold on this place than I thought. Just a little bit further. ओके अब हम आगे जा रहे हैं ये किद्दां दी था आई जा रही मैं ते डर लग रहा ओ हो 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 There's got to be something to fly up here.
ਉਹ ਕੋਈ ਹੈਗਾ ਉੱਥੇ ਇਨਕਮਿੰਗ ਇਹ ਕਿਉਂ ਉਤਰ ਰਿਹਾ ਬਾਈ ਇਹ ਦੇਖੋ ਇਹ ਕੀ ਸਪੇਸ ਦੇਖ ਰਹੀ ਹਾਂ ਨੂੰ ਵਟ ਦਾ ਹੈਲ ਜੇ ਹੈਪਨਿੰਗ ਬ੍ਰਾ ਇੱਕ ਹੋਰ ਚੀਜ਼ ਆਈ ਇਹ ਮੇਰੇ ਖਿਆਲ ਤੇਜ਼ ਆ ਰਹੀ ਹੈ ਹਮ ਜਾ ਰਹੇ ਹਾਂ ਫਾਈਟ ਥਰੂ ਦਾ ਫੋਲਨ ਫੋਰ ਡੀਟੇਲਸ ਨੋ ਟਰੈਕਡ ਆਈਟਮ ਪਤਾ ਨਹੀਂ ਚਲੋ ਮੇਰੇ ਖਿਆਲ ਆਪਾਂ ਲੜਨਾ ਹੈ ਨਾ ਪਹਿਲਾਂ ਭਾਅ ਜੀ ਆਹ ਦੇਖੋ ਆ ਗਏ ਉਹ ਆ ਗਏ ਕੁੱਤੇ ਆ ਗਏ ਕੁੱਤੇ ਆ ਗਏ ਓ ਸ਼ਿਟ ਆਪਾਂ ਵਾਰ ਜ਼ੋਨ ਚ ਆ ਗਏ ਥੋੜੀ ਲਾਈਫ ਬਣਾ ਸਕਦੇ ਹਾਂ ਖੁਦ ਆਪ ਬਣਦੀ ਵੀ ਲੱਗੀ ਸਪ੍ਰਿੰਟਿੰਗ ਵੇਲੇ ਰੀਲੋਡ ਨਹੀਂ ਕਰਦਾ ਉਹ ਅੰਦਰ ਚਲ ਗਏ ਸਾਰੇ ਅੱਲਾ ਬੋਲਾ ਬਾਏ ਵਧੀਆ ਲੱਗ ਰਹੀ ਗੇਮ ਗ੍ਰਾਫਿਕ ਭਾਵੇਂ ਠੀਕ ਠਾਕ ਹੀ ਨੇ ਪਰ ਗੇਮ ਵਧੀਆ ਇੱਦਾਂ ਦੀ ਖੇਡਣ ਦੇ ਮਜ਼ਾ ਆਉਂਦਾ ਤੋ ਤੂੰ ਬਾਈ ਜੀ ਆਪਣੀ 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 ਚੋਇਸ ਤੇ ਹੁੰਦੀ ਗੇਮ ਕਿੱਦਾਂ ਦੀ ਵਧੀਆ ਲੱਗਦੀ ਕਈਆਂ ਨੂੰ ਦੂਜੀ ਵਧੀਆ ਲੱਗਦੀ ਥਰਡ ਪਰਸਨ ਕਈਆਂ ਨੂੰ ਫਸਟ ਪਰਸਨ ਪਰ ਮੇਰੇ ਖਿਆਲ ਨਾਲ ਨਾ ਫਸਟ ਪਰਸਨ ਜ਼ਿਆਦਾ ਮਜ਼ਾ ਆਉਂਦਾ ਕਿਉਂਕਿ ਫਸਟ ਪਰਸਨ ਨਾ ਅਸਲੀ ਵਾਲੀ ਫੀਲਿੰਗ ਆਉਂਦੀ ਥਰਡ ਪਰਸਨ 'ਚ ਦੇਖਿਆ ਜਾਏ ਤਾਂ ਰੀਅਲ ਲਾਈਫ 'ਚ ਥਰਡ ਪਰਸਨ ਆਪਣੇ ਓਏ ਨਹੀਂ ਕਰ ਸਕਦੇ ਅਲੱਗ ਅਲੱਗ ਵਰਾਇਟੀਆਂ ਲਿਆਈ ਜਾਂਦੇ ਨੇ ਹੁਣ ਓਏ ਰੀਲੋਡ ਨਹੀਂ ਕਰਦਾ ਟਿਸ਼ਕਿਆਂ ਉਹ ਮਰਿਆ ਨਹੀਂ ਆ ਦੇਖਿਆ ਜੀ ਸ਼ੋਟ ਗਨ ਕਾਹਦੀ ਇਹ ਕਾਹਦੀ ਸ਼ੋਟ ਗਨ ਨੇ ਇੱਕ ਸ਼ੋਟ 'ਚ ਨਹੀਂ ਮਾਰਦੇ ਹਾਂ ਮੈਂ ਭੁੱਲ ਗਿਆ ਜੀ ਸ਼ੋਟ ਗਨ ਨੂੰ ਬਿਨਾਂ ਇਹ ਤੋਂ ਵਰਤੀ ਦਾ ਲੈਵਲ 2 ਹੋ ਗਿਆ ਬਾਈ ਆਪਣਾ ਅਤੇ ਅੱਗੇ ਹੋਰ ਬੰਦੇ ਹੋਣੇ ਆਏ ਹੋਏ ਹੈੱਡ ਸ਼ੋਟ ਲੱਗ ਜੀ ਮਜ਼ਾ ਆ ਜਾਂਦਾ ਆ ਦੇਖਿਆ ਜੀ ਗੋਲੀ ਉੱਤੇ ਉੱਤੇ ਜਾਂਦੀ ਹੈ ਮੈਨੂੰ ਫਾਇਦਾ ਹੁੰਦਾ ਉਹਨਾਂ ਨਾਲ ਹੈੱਡ ਸ਼ੋਟ ਲੱਗਣ ਦੇ ਹੈੱਡ ਸ਼ੋਟ ਲੱਗ ਜਾਂਦੇ ਉਹ ਨਹੀਂ ਹਜੇ ਤੱਕ ਤਾਂ ਆਰਾਮ ਨਾਲ ਡੋਜ ਹੋ ਜਾਂਦੇ ਅਗਲਿਆਂ ਦੇ ਅਟੈਕ ਪਰ ਮੇਰੇ ਖਿਆਲ ਨਾਲ ਅੱਗੇ ਜਾ ਕੇ ਇਹਨੂੰ ਡਿਫੀਕਲਟੀ ਆਉਣੀ ਡੋਜ ਕਰਨ 'ਤੇ ਇਹਨਾਂ ਦੇ ਅਟੈਕ ਓ ਇਹ ਤਗੜਾ ਲੱਗ ਰਿਹਾ ਪਰ ਮਰ ਗਿਆ ਸਟਾਰਟਿੰਗ 'ਚ ਨਹੀਂ ਮਰਿਆ ਤਗੜੇ ਵਾਲੇ ਨਾ ਤਗੜੇ ਵਾਲੇ ਪਹਿਲਾਂ ਮਾਰ ਦਿਓ ਬਾਕੀਆਂ ਦਾ ਕੰਮ ਆਪੇ ਹੋ ਜਾਂਦਾ ਓ ਯੈਸ ਕਾਲ ਆਫ ਡਿਊਟੀ ਵਾਲੀ ਡਰਿਫਟ ਵੀ ਹੈਗੀ ਹੈ ਦੇਖੋ ਸਲਾਈਡ ਕਰਦਾ ਬੰਦਾ ਨਾਲ ਮੈਨੂੰ ਤਾਂ ਲੱਗਦਾ ਇਹ 'ਚ ਵੀ ਬੰਦਾ ਸੇਮ ਟੂ ਸੇਮ ਕਾਲ ਆਫ ਡਿਊਟੀ ਵਾਂਗ ਕਰ ਸਕਦਾ ਪਰ ਮਲਟੀਪਲੇਅਰ ਜਾਂ ਫਿਰ ਅੱਗੇ ਜਾ ਖੁੱਲਣਗੇ ਵੱਡੇ ਜੰਪ ਆਹ ਦੇਖੋ ਜੀ ਤਾਂ ਜਾਂ ਫਿਰ ਅਪਗ੍ਰੇਡ ਤੱਕ ਆਉਣੇ ਨੇ ਕਿਉਂਕਿ ਆਪਾਂ ਤੱਕ ਓਲਡ ਰਸ਼ੀਆਂ 'ਚ ਆ ਮੈਂ ਗਲਤੀ ਹੋ ਸਕਦਾ ਸ਼ਿਪ ਦੇ ਦਿੱਤਾ ਉਹ ਕਿ ਉਹ ਕਰ ਸਕਦਾ ਸਹੀ ਕਿ ਨਹੀਂ ਆਪਣਾ ਗੋਸ਼ਟ 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 ਨਹੀਂ ਵੈਸੇ ਗੋਸ਼ਟ ਜੇ ਹਮਾਰਾ ਬੰਦਾ ਹੈ ਉਹ ਸਾਡੇ ਬੰਦੇ ਦਾ ਮੂੰਹ ਤੇ ਦੇਖਣ ਰਿਹਾ ਓ ਸੈਂਚੁਰੀ ਦੀ ਚੱਲੀ ਨਹੀਂ ਓਹੋ ਸਿਆਣਾ ਹੈ ਫਿਰ ਤੇ ਆ ਲਓ ਬਈ ਚਲਾਤੀ ਆਪਣੀ ਗੋਸ਼ਟ ਨੇ ਸ਼ਿਪ ਸੈਂਚੁਰੀਜ਼ ਪੁਰਾਣੀ ਓ ਹੋ ਹੋ ਬੱਲੇ ਚਲਾ ਦਿੱਤੀ ਆਪਣੇ
ਸਿਆਣੇ ਬੰਦੇ ਨੇ ਹੋਰ ਆ ਗਿਆ ਸ਼ਿਟ ਤਕੜੇ ਵਾਲਾ ਆ ਗਿਆ ਬੰਦਾ ਨਾਲ ਹੀ ਅੰਦਰ ਬੁਲਾ ਲਿਆ ਉਹਨੇ ਟਰਾਂਸ ਇਹਨੂੰ ਕੀ ਕਹਿੰਦੇ ਸੀ ਟੈਲੀਪੋਰਟ ਹਾਂ ਉਹਨੂੰ ਟੈਲੀਪੋਰਟ ਕਰ ਲਿਆ ਅੰਦਰ ਅੱਛਾ ਤੱਕ ਉਹਨੂੰ ਰੈਡੀ ਕਰਨਾ ਆਪਾਂ ਰੈਡੀ ਨਹੀਂ ਹੈਗੇ ਤੱਕ ਅਤੇ ਇਹ ਕੌਣ ਦੇਖ ਰਹੇ ਹੈ ਇਹਨੂੰ ਅਣਜਾਣਾ ਬੰਦਾ ਅਣਜਾਣੇ ਬੰਦੇ ਬਹੁਤ ਵਧੀਆ ਹੁੰਦੇ ਨੇ ਇੱਦਾਂ ਦੀਆਂ ਗੇਮਾਂ 'ਚ ਚਲੋ ਫਿਰ ਸੇ ਲੋਡਿੰਗ ਹੋ ਰਹੀ ਹੈ ਮਿਸ਼ਨ ਹੋ ਗਿਆ ਪਾਸ ਫਲੈਸ਼ ਬੈਂਗ ਗ੍ਰੀਨੇਡ ਸਟ੍ਰਾਈਕਰ ਹਮਾਰੇ ਅਨਲੋਕ ਹੋਈ ਹੈ 54 ਮਾਰੇ ਨੇ ਪ੍ਰਿਸੀਸ਼ਨ ਕਿਲਸ 21 ਮਾਰੇ 21 ਬਾਕੀ ਸਾਰੇ ਉੱਦਾਂ ਮਾਰੇ ਨੇ ਕੰਟੀਨਿਊ ਦਬਾ ਕੇ ਰੱਖਣਾ ਪੈਂਦਾ ਅਤੇ ਮਿਸ਼ਨ ਬਹੁਤ ਹੀ ਵਧੀਆ ਸੀ ਯਾਰ ਵਧੀਆ ਲੱਗੀ ਗੇਮ ਮੈਨੂੰ ਇੱਦਾਂ ਦਾ ਕੰਪੇਨ ਹੋਣਾ ਚਾਹੀਦਾ ਬਸ ਗ੍ਰਾਫਿਕ ਥੋੜ੍ਹੇ ਰੀਅਲਿਸਟਿਕ ਜੇ ਨਹੀਂ ਸੀ ਇਹ ਮੰਨੇ ਆਪਾਂ ਥੋੜ੍ਹੇ ਕਾਰਟੂਨੀ ਜੇ ਸੀ ਬਾਕੀ ਸਭ ਕੁਝ ਠੀਕ ਸੀ ਉਦਾਂ ਵੈਸੇ ਕਾਰਟੂਨੀ ਗੇਮਾਂ ਵੀ ਵਧੀਆ ਲੱਗਦੀਆਂ ਕਈ ਕਈ ਵਾਰੀ ਪਰ ਕਈ ਵਾਰੀ ਨਹੀਂ ਵਧੀਆ ਲੱਗਦੀ ਕਈ ਵਾਰ ਤਾਂ ਜ਼ਿਆਦਾ ਹੀ ਬਕਵਾਸ ਬਣਾਈਆਂ ਹੁੰਦੀਆਂ ਇਹਨਾਂ ਨੇ ਕਾਰਟੂਨ ਵਾਲੀਆਂ ਗੇਮਾਂ ਬਟ ਇਹ 'ਚ ਕੰਮ ਵਧੀਆ ਕਰ ਗਏ ਨੇ ਅਤੇ ਇਹ ਜਿਹੜੇ ਮੈਨੂੰ ਇੱਕ ਗੱਲ ਬਹੁਤ ਮਾੜੀ ਲੱਗਦੀ ਹੈ ਗੇਮਾਂ ਦੀ ਜੇ ਉਹ ਜਿਹੜੇ ਆ ਬਣਾਉਂਦੇ ਨੇ ਆ ਵੀਡੀਓ ਜਿਹਨੂੰ ਆਪਾਂ ਕੱਟ ਸੀਨਸ ਵੀ ਕਹਿੰਦੇ ਹਾਂ ਅਤੇ ਇਹਦੇ ਵਿੱਚ ਗ੍ਰਾਫਿਕ ਜੇ ਜ਼ਿਆਦਾ ਵਧੀਆ ਪਾ ਦੇਣ ਅਤੇ ਗੇਮ ਦੇ ਉੱਦਾਂ ਨਾ ਹੋਣ ਫਿਰ ਬਹੁਤ ਗੁੱਸਾ ਚੜ੍ਹਦਾ ਕਿ ਇਹ ਕਾਹਤੂੰ ਕਰਦੇ ਪੈਣੇ ਇੱਦਾਂ ਜਿੱਦਾਂ ਦੀ ਗ੍ਰਾਫਿਕਸ ਹੋਣ ਉੱਦਾਂ ਦੇ ਕੱਟ ਸੀਨ ਪਾਉਣੇ ਚਾਹੀਦੇ ਨੇ ਬਟ ਇਹ ਖਰੀ ਉਤਰੀ ਗੇਮ ਆਪਣੇ ਜਿੱਦਾਂ ਵਾਲੀ ਕੱਟ ਸੀਨਸ ਦੇ ਮਾਮਲੇ ਗ੍ਰਾਫਿਕਸ ਦੇ ਮਾਮਲੇ 'ਚ ਅਤੇ ਆਪਾਂ ਹੁਣ ਜਾ ਰਹੇ ਹਾਂ ਇੱਧਰ ਆ ਪਤਾ ਨਹੀਂ ਇਹ ਵੇ ਬੋਲ ਕਰਕੇ ਕੁਛ ਹੋਇਆ ਆਈ ਥਿੰਕ ਅਤੇ ਸੈਂਚੁਰੀਜ਼ ਅੱਗੇ ਹਾਂ ਆਪਾਂ ਹੁਣ ਇਹ ਸਾਡੀ ਨੋਰਮਲ ਅਰਥ ਨਹੀਂ ਹੈਗੀ ਜਿੱਦਾਂ ਦੇਖ ਸਕਦੇ ਹੋ ਕਿੱਦਾਂ ਦਰਖਤ ਉਗਾਏ ਨੇ ਬਿਲਡਿੰਗ ਦੇ ਉੱਤੇ ਹੀ ਬਿਲਡਿੰਗਾਂ ਵੀ ਕਿੱਦਾਂ ਦੇ ਸਿੰਗਲ ਆਏ ਨੇ ਤੁਹਾਨੂੰ ਫਿਰ ਟੈਲੀਪੋਰਟ ਕੀਤਾ ਬਾਹਰ ਇਹਨੇ ਨਾਲ ਆਪ ਹੋ ਗਿਆ ਉਹ ਗੋਸਟ ਆਪਣਾ ਗੋਸਟ ਵੈਲਕਮ ਟੂ ਦ ਲਾਸਟ ਸੇਫ ਸਿਟੀ ਔਨ ਅਰਥ ਹਾਂ ਦ ਓਨਲੀ ਪਲੇਸ ਦ ਟ੍ਰੈਵਲਰ ਕੈਨ ਸਟਿਲ ਪ੍ਰੋਟੈਕਟ ਇਟ ਟੁਕ ਸੈਂਚਰੀਜ਼ ਟੂ ਬਿਲਡ ਹਾਂ ਇਹ ਆਪਾਂ ਇਹੀ ਸਿਟੀ ਆਪਾਂ ਜਿਹੜੀ ਬਚਾ ਸਕੇ ਹਾਂ ਉਹ ਆਪਣੇ ਬੰਦੇ ਦਾ ਫੇਸ ਉਹੀ ਕੁੱਤੇ ਵਰਗਾ ਬਾਕੀ ਸਾਰੇ ਗਾਰਡੀਅਨਸ ਨੇ ਸਾਡੇ ਵਰਗੇ ਜਿੱਦਾਂ ਆਪਾਂ ਫਾਈਟ ਕਰ ਰਹੇ ਹਾਂ ਉਹ ਡਾਰਕਨੈਸ ਦੇ ਨਾਲ ਇਹ ਵੀ ਡਾਰਕਨੈਸ ਦੇ ਨਾਲ ਫਾਈਟ ਕਰ ਰਹੇ ਨੇ ਅਤੇ ਲੋਡਿੰਗ ਆਈ ਥਿੰਕ ਇੱਕ ਹੋਰ ਮਿਸ਼ਨ ਖੜਾ ਦੇਣਗੇ ਸਾਨੂੰ ਡੈਮੋ ਵਿੱਚ ਉੱਦਾਂ ਵੈਸੇ ਮੈਂ 52 GB ਦਾ ਡੈਮੋ ਹੀ ਡਾਊਨਲੋਡ ਕੀਤਾ ਵਾਲੀ ਗੇਮ ਦਾ 52 GB ਅਤੇ ਉਹਦੇ ਵਿੱਚ ਥੋੜ੍ਹੇ ਮਿਸ਼ਨ ਮਿਲਣੇ ਸਾਨੂੰ ਇੱਕ ਦੋ ਖੇਡਣ ਲਈ ਉਹ ਫਸਟ ਟਾਈਮ ਆਈ ਥਿੰਕ ਐਸਾ ਹੀ ਹੋਤਾ ਹੈ ਅਤੇ ਲੋਡਿੰਗ ਲੈ ਰਹੀ ਹੈ ਇਸ ਵਾਰ ਜ਼ਿਆਦਾ ਗ੍ਰਾਫਿਕ ਪਲੀਜ਼ ਜ਼ਿਆਦਾ ਹੋਣ ਬਸ ਕਹਾਂ ਸੇ ਆ ਰਹੀ ਬਈ ਲੋਡਿੰਗ ਹੋਈ ਆ ਰਹੀ ਅਤੇ ਆਵਾਜ਼ ਵੀ ਆ ਰਹੀ ਹੈ ਇਹ ਕੀ ਲਓ ਬਈ ਹਮ ਆ ਗਏ ਇਹ ਬਾਕੀ ਸਾਰੇ ਪਲੇਅਰਸ ਨੇ ਵਾਟ ਯੂ ਕੈਨ ਅਪਗ੍ਰੇਡ ਵਨ ਆਫ ਯੂਅਰ ਐਬਿਲਿਟੀਜ਼ ਇਹ ਬਾਕੀ ਸਾਰੇ ਬੰਦੇ ਨੇ ਦੇਖੋ ਜੀ ਕੈਸਾ ਹੈ ਲੈ ਲੈ ਚਲੋ ਲੈਵਲ 40-40 ਨੇ ਸਾਰੇ ਲਗਭਗ ਜਿਹੜਾ ਮੇਰੇ ਖਿਆਲ ਨਾਲ ਮੈਕਸ ਲੈਵਲ ਹੈ 40 ਵਾਲਾ ਆਪਾਂ ਕਿੱਧਰ ਜਾਣਾ ਆਪਾਂ ਥੱਲੇ ਜਾਣਾ ਨਾ ਉੱਧਰ ਥੱਲੇ ਕਿੱਧਰ ਜਾਵਾਂਗੇ ਉਹ ਹੁਣ ਸੱਚ ਥਰਡ ਪਰਸਨ ਹੋ ਗਿਆ ਕਮਾਲ ਹੈ ਬਸ ਇਹ ਗੰਨਾ ਦਿੰਦਾ ਬਾਈ ਜੀ ਦੋ ਸਮੋਸੇ ਦਿਓ
ਨਹੀਂ ਆਪਸ਼ਨ ਨਾ ਪਾਣੀ ਤੇ ਭਰਾਓ ਤੂੰ ਪਹਿਲਾਂ ਤੇ ਇਹਨੂੰ ਅਪਗ੍ਰੇਡ ਕਰੀਏ ਅਬਿਲਿਟੀਜ਼ ਕਮ ਫਰੋਮ ਯੂਅਰ ਸਬ ਕਲਾਸ ਚੂਜ਼ ਦਾ ਵੇ ਅੱਛਾ ਇਹ ਅਬਿਲਿਟੀ ਜਿੱਦਾਂ ਹੁਣ ਆਪਾਂ ਲਿੱਤੀ ਡਿਟੇਲਸ ਚਲੋ ਐਡ ਬਲਿੰਡਸ 2 L1 ਆਲ ਰਾਈਟ ਹਮਾਰੇ ਪਾਸ ਹੈ ਤੇ ਇਹ ਵੀ ਠੀਕ ਹੈ ਗੰਨਾ ਤੇ ਹੁਣ ਅਸੀਂ ਕਿੱਧਰ ਉੱਧਰ ਜਾਣਾ ਨੈਵੀਗੇਟ ਕਰੀਏ ਕਿੱਧਰ ਜਾਣਾ ਨੂੰ ਗੋ ਟੂ ਓਰਬਿਟ ਜਿੱਧਰ ਆਪਾਂ ਜਾਣਾ ਸੀ ਆਪਾਂ ਸਿੱਧਾ ਸਕਿੱਪ ਕਰਕੇ ਉੱਥੇ ਪਹੁੰਚ ਗਏ ਹਾਂ arms day new weapon arrived new weapons arrived the weapon foundry of the last made their vehicle delivery in support of the tower okay okay jo bhi trail mode haan ji oh ho a city te hor ki kar sakde apan ede vich aa sakde ਇਹ ਅਰਥ ਤਾਂ ਕੀ ਹੈ ਹਾਂ ਡੈਮੋ ਆਈ ਥਿੰਕ ਖਤਮ ਵਨ ਟਿਸ਼ ਆਈ ਥਿੰਕ ਡੈਮੋ ਆਪਣਾ 22G ਖਤਮ ਹੋ ਗਿਆ ਹੈ ਤੇ ਬਹੁਤ ਹੀ ਪਸੰਦ ਆਈ ਗੇਮ ਜੇ ਤੁਹਾਨੂੰ ਪਸੰਦ ਆਈ ਤਾਂ ਲਾਈਕ ਜ਼ਰੂਰ ਕਰੋ ਐਂਡ ਕਮੈਂਟ ਮੈਂਟ ਅਤੇ ਜੇ ਤੁਸੀਂ ਪ੍ਰੀ ਟੀਵ ਨੂੰ ਮਸ਼ਹੂਰ ਬਣਾਉਣਾ ਚਾਹੁੰਦੇ ਹੋ ਤਾਂ ਸ਼ੇਅਰ ਕਰਿਆ ਕਰੋ ਆਪਣੇ ਫਰੈਂਡਸ ਵਿੱਚ ਅਤੇ ਸਬਸਕ੍ਰਾਈਬ ਕਰਨਾ ਬਿਲਕੁਲ ਹੀ ਨਾ ਭੁੱਲਣਾ ਅਤੇ ਦੂਜਿਆਂ ਦੋਸਤਾਂ ਨੂੰ ਵੀ ਕਰਾਉਣਾ ਜੇ ਤੁਹਾਡੇ ਦੋਸਤ ਇੰਟਰਸਟ ਰੱਖਦੇ ਇੱਦਾਂ ਦੀਆਂ ਗੇਮਾਂ 'ਚ ਉਹ ਵੀ ਪੰਜਾਬੀ ਆਪਣੀ ਭਾਸ਼ਾ 'ਚ ਅਤੇ ਥੈਂਕ ਯੂ ਵੈਰੀ ਮੱਚ ਜੀ ਦੇਖਣ ਲਈ ਅਤੇ ਤੁਹਾਡੀ ਸਪੋਰਟ ਨਹੀਂ ਸਾਰਾ ਕੁਛ ਅਤੇ ਵਟਸਐਪ ਦਾ ਨੰਬਰ ਚੈੱਕ ਕਰ ਲਿਓ ਡਿਸਕ੍ਰਿਪਸ਼ਨ 'ਚ ਅਤੇ ਮੈਸੇਜ ਕਰਕੇ ਆ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਥੈਂਕ ਯੂ ਜੀ ਥੈਂਕਸ ਫੋਰ ਵਾਚਿੰਗ